ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਅਤੇ ਭੈਣਾਂ ਨੂੰ। ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ। ਲਓ ਜੀ, ਅੱਜ ਆਪਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਟਾਲੀਅਨ ਦੇ ਵਿੱਚ ਫਿਰ ਤੋਂ ਕੁਝ ਨਵੀਆਂ ਗੱਲਾਂ ਸਿਖਾਉਣ ਦੀ ਕੋਸ਼ਿਸ਼ ਕਰਾਂਗੇ। ਲਓ ਜੀ, ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਕੁਝ ਪਰੋਲੇ ਦੱਸਾਂਗੇ, ਠੀਕ ਹੈ ਜੀ। ਨਾਲ ਨਾਲ ਹੀ ਉਹਨਾਂ ਦੀ ਤੁਹਾਨੂੰ ਲਾਈਨਾਂ ਬਣਾ ਕੇ ਅਤੇ ਉਹਨਾਂ ਦੀ ਆਪਾਂ ਤੁਹਾਨੂੰ ਟਰਾਂਸਲੇਟ ਕਰਕੇ ਆਪਾਂ ਪੰਜਾਬੀ ਦੇ ਵਿੱਚ ਵੀ ਸਾਰਾ ਕੁਝ ਸਮਝਾਵਾਂਗੇ, ਠੀਕ ਹੈ ਜੀ। ਲਓ ਜੀ, ਆ ਚਿਰ ਨਾ ਲੈਂਦੇ ਵੀਡੀਓ ਕਰਦੇ ਹਾਂ ਸਟਾਰਟ। ਆ ਜਾਓ ਇਟਾਲੀਅਨ ਸਿੱਖੀਏ। ਲਓ ਜੀ, ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਸੋਣਾ, ਜਿਹੜਾ ਸੁੱਤਾ ਰਾਤ ਨੂੰ ਜਿਹੜਾ ਸੋਨੇ ਹਾਂ ਆਪਾਂ ਉਸਨੂੰ ਕਹਿ ਦਿੰਦੇ ਹਾਂ ਸੋਣਾ, ਠੀਕ ਹੈ ਜੀ। ਉਸ ਨੂੰ ਇਟਾਲੀਅਨ ਦੇ ਵਿੱਚ ਆਖਦੇ ਆ ਦੁਰਮੀਰੇ, ਠੀਕ ਹੈ ਜੀ, ਦੁਰਮੀਰੇ। ਲਓ ਜੀ, ਹੁਣ ਇਸ ਤੋਂ ਬਾਅਦ ਆਪਾਂ ਇਹਦੀ ਬਣਾਵਾਂਗੇ ਲਾਈਨ, ਠੀਕ ਹੈ ਜੀ। ਹੁਣ ਆਪਾਂ ਕਹਿ ਦਿੰਦੇ ਹਾਂ ਵੀ ਮੈਂ ਸੋਣਾ ਚਾਹੁੰਦਾ ਹਾਂ, ਲਾਈਟ ਬੰਦ ਕਰ ਦਿਉ, ਠੀਕ ਹੈ ਜੀ। ਆਪਾਂ ਕਹਿ ਦਿੰਦੇ ਹਾਂ, ਆਪਾਂ ਆਮ ਗੱਲ ਇਹ ਕਹਿ ਦਿੰਦੇ ਹਾਂ ਵੀ ਮੈਂ ਸੋਣਾ ਚਾਹੁੰਦਾ ਹਾਂ ਅਤੇ ਲਾਈਟ ਬੰਦ ਕਰ ਦਿਉ। ਉੱਥੇ ਆਪਾਂ ਇਟਾਲੀਅਨ ਦੇ ਵਿੱਚ ਇਹ ਗੱਲ ਕਹਿਣੀ ਹੋਵੇ ਤਾਂ ਆਪਾਂ ਕਹਾਂਗੇ ਈਓ ਵੋਲੀਓ ਦੁਰਮੀਰੇ ਪਰ ਫਵੋਰੇ ਸਪੈਂਦੀ ਲੇ ਲੂਚੇ, ਠੀਕ ਹੈ ਜੀ। ਹੁਣ ਇਸਦੀ ਟਰਾਂਸਲੇਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਨੰਬਰ 'ਤੇ ਈਓ, ਈ ਹੋ ਗਿਆ ਮੈਂ, ਠੀਕ ਹੈ ਜੀ। ਵੋਲੀਓ ਹੁੰਦਾ ਵਾ ਚਾਹੁੰਦਾ ਹਾਂ, ਠੀਕ ਹੈ ਜੀ। ਦੁਰਮੀਰੇ ਹੁੰਦਾ ਸੋਣਾ, ਮੈਂ ਸੋਣਾ ਚਾਹੁੰਦਾ ਹਾਂ, ਠੀਕ ਹੈ ਜੀ। ਪਰ ਫਵੋਰੇ ਹੁੰਦਾ ਪਲੀਜ਼, ਠੀਕ ਹੈ ਜੀ, ਪਰ ਫਵੋਰੇ ਹੋ ਗਿਆ ਪਲੀਜ਼। ਸਪੈਂਦੀ ਲੇ ਲੂਚੇ, ਸਪੈਂਦੀ ਹੁੰਦਾ ਜੀ ਬੰਦ ਕਰਨਾ, ਲੇ ਲੂਚੇ ਹੋ ਗਿਆ ਜੀ ਲਾਈਟ, ਠੀਕ ਹੈ ਜੀ। ਵੀ ਮੈਂ ਸੋਣਾ ਚਾਹੁੰਦਾ ਹਾਂ, ਲਾਈਟ ਬੰਦ ਕਰ ਦਿਉ। ਈਓ ਵੋਲਿਓ ਦੁਰਮੀਰੇ ਪਰ ਫਵੋਰੇ ਸਪੈਂਦੀ ਲੇ ਲੂਚੇ। ਇਸ ਤੋਂ ਨੰਬਰ ਦੂਜਾ ਨੰਬਰ ਜੀ, ਆਪਾਂ ਦੂਜਾ ਨੰਬਰ ਤੁਹਾਨੂੰ ਪਹਿਲਾਂ ਪਰੋਲਾ ਦੱਸਦੇ ਹਾਂ ਉਹਦਾ, ਊਮੋ ਜੀ। ਊਮੋ ਹੁੰਦਾ ਜੀ ਆਦਮੀ, ਇਨਸਾਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ ਜੀ। ਹੁਣ ਇਸ 'ਤੇ ਬਣਾਵਾਂਗੇ ਆਪਾਂ ਲਾਈਨ ਅਗਲੇ ਪਾਸੇ। ਕੁਏਸ ਤੋਂ ਊਮੋ ਏ ਮੋਲ ਤੋਂ ਬਰਾਵੋ, ਠੀਕ ਹੈ ਜੀ। ਆਪਾਂ ਕਹਿ ਦਿੰਦੇ ਵੀ ਇਹ ਆਦਮੀ ਬਹੁਤ ਚੰਗਾ ਵਾ, ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਵੀ ਇਹ ਆਦਮੀ ਬਹੁਤ ਚੰਗਾ, ਉੱਥੇ ਕਹਾਂਗੇ ਕੁਏਸ ਤੋਂ ਊਮੋ ਏ ਮੋਲ ਤੋਂ ਬਰਾਵੋ। ਕੁਏਸ ਤੋਂ ਹੋ ਗਿਆ ਇਹ, ਊਮੋ ਹੋ ਗਿਆ ਆਦਮੀ, ਏ ਮੋਲ ਤੋਂ ਹੋ ਗਿਆ ਬਹੁਤ, ਬਰਾਵੋ ਹੋ ਗਿਆ ਵਧੀਆ ਜਾਂ ਚੰਗਾ, ਠੀਕ ਹੈ ਜੀ। ਹੁਣ ਅਗਲੀ ਲਾਈਨ, ਪਹਿਲਾਂ ਸਭ ਤੋਂ ਪਹਿਲਾਂ ਉਹਦਾ ਪਰੋਲਾ ਸ਼ਬਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਿਰ, ਆਪਣੇ ਸਿਰ ਹੁੰਦਾ ਵਾ, ਸਿਰ ਨੂੰ ਇਟਾਲੀਅਨ ਦੇ ਵਿੱਚ ਆਖਦੇ ਆ ਤੇਸਤਾ, ਠੀਕ ਹੈ ਜੀ। ਹੁਣ ਆਪਾਂ ਪੰਜਾਬੀ ਦੇ ਵਿੱਚ ਆਪਾਂ ਆਮ ਹੀ ਗੱਲ ਕਰਦੇ ਹਾਂ ਤੁਹਾਡਾ ਸਿਰ ਬਹੁਤ ਵੱਡਾ ਹੈ, ਤੁਹਾਡਾ ਸਿਰ ਬਹੁਤ ਵੱਡਾ, ਆਪਾਂ ਆਮ ਗੱਲ ਕਰਦੇ ਹਾਂ। ਇਸ ਦੀ ਹੁਣ ਆਪਾਂ ਟਰਾਂਸਲੇਟ ਕਰਦੇ ਹਾਂ ਤੁਹਾਡਾ ਸਿਰ ਮਤਲਬ ਕਿ ਬਹੁਤ ਵੱਡਾ ਹੈ, ਉਹਨੂੰ ਆਪਾਂ ਇਟਾਲੀਅਨ ਦੇ ਵਿੱਚ ਕਹਿ ਸਕਦੇ ਹਾਂ ਲਾ ਤੂਆ ਤੇਸਤਾ ਏ ਤ੍ਰੋਪੋ ਗ੍ਰਾਂਦੇ। ਲਾ ਤੂਆ ਤੇਸਤਾ ਹੋ ਗਿਆ ਲਾ ਤੂਆ ਹੋ ਗਿਆ ਤੇਰਾ, ਤੇਸਤਾ ਹੋ ਗਿਆ ਸਿਰ, ਇਹ ਤ੍ਰੋਪੋ, ਤ੍ਰੋਪੋ ਹੁੰਦਾ ਬਹੁਤ ਜ਼ਿਆਦਾ, ਗ੍ਰਾਂਦੇ ਹੁੰਦਾ ਵੱਡਾ, ਠੀਕ ਹੈ ਜੀ। ਲਾ ਤੂਆ ਤੇਸਤਾ ਇਹ ਤ੍ਰੋਪੋ ਗ੍ਰਾਂਦੇ। ਲਓ ਜੀ, ਅਗਲਾ ਪਰੋਲਾ, ਇੱਕ ਨਵਾਂ ਪਰੋਲਾ ਹੋਰ, ਕਪੇਲੀ ਜੀ, ਜਿਹਨੂੰ ਆਪਾਂ ਵਾਲ ਕਹਿ ਦਿੰਦੇ, ਸਿਰ ਦੇ ਵਾਲਾਂ ਨੂੰ ਆਖ ਦਿੰਦੇ ਇਟਾਲੀਅਨ ਦੇ ਵਿੱਚ ਕਪੇਲੀ। ਹੁਣ ਆਪਾਂ ਇਸਦੀ ਅਗਲੇ ਪਾਸੇ ਲਾਈਨ ਬਣਾਵਾਂਗੇ। ਹੁਣ ਆਪਾਂ ਮੰਨ ਲਓ ਆਪਾਂ ਕਹਿੰਦੇ ਵੀ ਤੁਹਾਡੇ ਵਾਲ ਬਹੁਤ ਲੰਮੇ, ਆਪਾਂ ਆਪਾਂ ਆਮ ਹੀ ਗੱਲ ਇਹ ਕਹਿ ਦਿੰਦੇ ਵੀ ਤੁਹਾਡੇ ਵਾਲ ਬੜੇ ਲੰਮੇ ਆ, ਠੀਕ ਹੈ ਜੀ। ਉੱਥੇ ਆਪਾਂ ਇਹ ਗੱਲ ਕਹਿ ਸਕਦੇ ਇਟਾਲੀਅਨ ਦੇ ਵਿੱਚ ਈ ਤੂਈ ਕਪੇਲੀ ਸੋਨੋ ਤ੍ਰੋਪੋ ਲੂੰਗੀ, ਠੀਕ ਹੈ ਜੀ। ਈ ਤੂਈ ਹੋ ਗਈ ਵੀ ਤੇਰੀ, ਕਪੇਲੀ ਹੋ ਗਏ ਵਾਲ, ਸੋਨੋ ਤ੍ਰੋਪੋ ਵੀ ਬਹੁਤ ਜ਼ਿਆਦਾ, ਠੀਕ ਹੈ ਜੀ। ਲੂੰਗੀ ਹੁੰਦਾ ਵਾ ਲੰਬੀ, ਠੀਕ ਹੈ ਜੀ। ਈ ਤੂਈ ਕਪੇਲੀ ਸੋਨੋ ਤ੍ਰੋਪੋ ਲੂੰਗੀ, ਵੀ ਤੁਹਾਡੇ ਵਾਲ ਜਿਹੜੇ ਬਹੁਤ ਲੰਬੇ ਹਨ। ਲਓ ਜੀ, ਇਸ ਤੋਂ ਬਾਅਦ ਇੱਕ ਹੋਰ ਨਵਾਂ ਪਰੋਲਾ, ਆਪਾਂ ਕਹਿ ਦਿੰਦੇ ਵੀ ਮੈਂ ਤਿਆਰ ਵਾਂ, ਠੀਕ ਹੈ ਜੀ। ਤਿਆਰ, ਤਿਆਰ ਨੂੰ ਆਖ ਦਿੰਦੇ ਇਟਾਲੀਅਨ ਦੇ ਵਿੱਚ ਪ੍ਰੋਂਤੋ ਜੀ, ਪ੍ਰੋਂਤੋ। ਹੁਣ ਇਸ ਦੀ ਆਪਾਂ ਲਾਈਨ ਬਣਾਵਾਂਗੇ ਅਗਲੇ ਪਾਸੇ, ਠੀਕ ਹੈ ਜੀ। ਹੁਣ ਆਪਾਂ ਇਹ ਗੱਲ ਕਹਿ ਦਿੰਦੇ ਵੀ ਮੈਂ ਜਾਣ ਵਾਸਤੇ ਤਿਆਰ ਵਾਂ, ਠੀਕ ਹੈ ਜੀ, ਮੈਂ ਜਾਣ ਵਾਸਤੇ ਤਿਆਰ ਵਾਂ। ਉੱਥੇ ਆਪਾਂ ਇਹ ਗੱਲ ਕਹਿ ਦਿੰਦੇ ਈਓ ਸੋਨੋ ਪ੍ਰੋਂਤੋ ਪਿਰ ਅੰਦਾਰੇ, ਠੀਕ ਹੈ ਜੀ। ਈ ਹੋ ਗਿਆ, ਈਓ ਸੋਨੋ ਹੋ ਗਿਆ ਮੈਂ, ਪ੍ਰੋਂਤੋ ਹੁੰਦਾ ਤਿਆਰ, ਫਿਰ ਹੁੰਦਾ ਵਾਸਤੇ, ਅੰਦਾਰੇ ਹੁੰਦਾ ਜਾਣਾ, ਠੀਕ ਹੈ ਜੀ। ਮੈਂ ਜਾਣ ਵਾਸਤੇ ਤਿਆਰ ਹਾਂ, ਈਓ ਸੋਨੋ ਪ੍ਰੋਂਤੋ ਫਿਰ ਅੰਦਾਰੇ, ਠੀਕ ਹੈ ਜੀ। ਲਓ ਜੀ, ਇੱਕ ਆਪਾਂ ਹੋਰ ਨਵਾਂ ਪਰੋਲਾ ਲੈ ਕੇ ਆਏ ਹਾਂ। ਆਪਾਂ ਕਹਿ ਦਿੰਦੇ ਵੀ ਤੁਹਾਡਾ ਦਿਨ ਕਿਵੇਂ ਬੀਤਿਆ, ਠੀਕ ਹੈ ਜੀ। ਆਪਾਂ ਕਹਿੰਦੇ ਮਤਲਬ ਕਿ ਆਪਾਂ ਕੋਈ ਵੀ ਹੋਵੇ, ਕੋਈ ਮਤਲਬ ਕਿ ਸਾਰੀ ਦਿਹਾੜੀ ਕੋਈ ਬਾਹਰ ਰਿਹਾ ਹੋਵੇ ਤਾਂ ਆਪਾਂ ਉਹਨੂੰ ਬਸ ਸ਼ਾਮ ਨੂੰ ਪੁੱਛਦੇ ਹਾਂ, ਮੰਨ ਲਓ ਘਰ ਆਵੇ ਆਪਣੇ, ਠੀਕ ਹੈ ਜੀ, ਕੋਈ ਵੀ ਗੱਲ ਵਾ, ਠੀਕ ਹੈ ਜੀ। ਆਪਾਂ ਉਹਨੂੰ ਕਹਿੰਦੇ ਵੀ ਤੁਹਾਡਾ ਦਿਨ ਕਿਵੇਂ ਦਾ ਰਿਹਾ, ਜਾਂ ਤੁਸੀਂ ਕਿਤੇ ਗਏ ਉੱਥੇ ਤੁਹਾਡਾ ਦਿਨ ਕਿਵੇਂ ਦਾ ਰਿਹਾ, ਹੈ ਨਾ, ਬੀਤਿਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਉਸ ਨੂੰ ਆਪਾਂ ਇਟਾਲੀਅਨ ਦੇ ਵਿੱਚ ਆਖ ਸਕਦੇ ਹਾਂ ਪਸਾਤਾ, ਠੀਕ ਹੈ ਜੀ। ਬੀਤੇ ਨੂੰ ਆਖ ਦਿੰਦੇ ਪਸਾਤਾ, ਠੀਕ ਹੈ ਜੀ। ਹੁਣ ਇਸ ਦੀ ਆਪਾਂ ਤੁਹਾਨੂੰ ਇੱਕ ਲਾਈਨ ਬਣਾ ਕੇ ਦੱਸਾਂਗੇ।
ਜਿਵੇਂ ਆਪਣਾ ਵੀਰੇ ਕੋਈ ਵੀ ਆਪਾਂ ਮੰਨ ਲਓ ਮਤਲਬ ਕਿ ਘਰ ਆਉਂਦੇ ਆ ਆਪਣੇ, ਠੀਕ ਹੈ ਜੀ, ਆਪਾਂ ਉਹਨਾਂ ਨੂੰ ਕਿਵੇਂ ਮੰਨ ਲਓ ਸਵੇਰ ਦੇ ਗਿਆ ਸ਼ਾਮਾਂ ਨੂੰ ਘਰ ਆਉਂਦੇ ਆ, ਠੀਕ ਹੈ, ਆਪਾਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਡਾ ਦਿਨ ਕਿਵੇਂ ਦਾ ਰਿਹਾ ਅੱਜ, ਤੁਹਾਡਾ ਅੱਜ ਦਾ ਦਿਨ ਕਿਵੇਂ ਦਾ ਰਿਹਾ, ਆਪਾਂ ਕਹਿ ਦਿੰਦੇ ਨਾ, ਠੀਕ ਹੈ ਜੀ। ਉੱਥੇ ਆਪਾਂ ਇਟਾਲੀਅਨ ਦੇ ਵਿੱਚ ਆ ਸਕਦੇ ਹਾਂ, ਕੋਮੇ ਪਸਾਤਾ ਲਾ ਤੂ ਜੋਰਨਾਤਾ ਓਜੀ, ਵੀ ਤੁਹਾਡਾ ਦਿਨ ਕਿਵੇਂ ਦਾ ਰਿਹਾ ਅੱਜ। ਹੁਣ ਆਪਾਂ ਤੁਹਾਨੂੰ ਟ੍ਰਾਂਸਲੇਟ ਕਰਕੇ ਦੱਸਦੇ ਹਾਂ, ਕੋਮੇ ਹੋ ਗਿਆ ਕਿਵੇਂ, ਪਸਾਤਾ ਹੁੰਦਾ ਵਾ ਬੀਤਿਆ, ਠੀਕ ਹੈ ਜੀ, ਕਿੱਦਾਂ ਦਾ ਰਿਹਾ, ਠੀਕ ਹੈ ਜੀ। ਲਾ ਤੂ ਆ ਜੁਰਨਾਤਾ, ਵੀ ਤੂਆ ਹੋ ਗਿਆ ਤੁਹਾਡਾ, ਜੁਰਨਾਤਾ ਹੋ ਗਿਆ ਦੇਣ, ਠੀਕ ਹੈ ਜੀ। ਔਜੀ ਹੋ ਗਿਆ ਅੱਜ, ਵੀ ਅੱਜ ਦਾ ਦਿਨ ਤੁਹਾਡਾ ਕਿਵੇਂ ਦਾ ਰਿਹਾ। ਲਓ ਜੀ, ਇਸ ਤੋਂ ਬਾਅਦ ਆਪਾਂ ਇੱਕ ਹੋਰ ਨਵੀਂ ਲਾਈਨ ਬਣਾ ਕੇ ਤੁਹਾਨੂੰ ਦੱਸਾਂਗੇ, ਪਹਿਲਾਂ ਉਸਦਾ ਪਰੋੜਾ ਦੱਸਾਂਗੇ ਆਪਾਂ ਤੁਹਾਨੂੰ। ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਜਨਮ ਦਿਨ, ਠੀਕ ਹੈ ਜੀ, ਜਨਮ ਦਿਨ, ਜਿੱਦਣ ਆਪਣਾ ਮਤਲਬ ਕਿ ਜਨਮ ਹੋਇਆ ਜਿਹਨੂੰ ਕਹਿ ਦਿੰਦੇ ਜਨਮ ਦਿਨ। ਅਤੇ ਇਟਾਲੀਅਨ ਦੇ ਵਿੱਚ ਉਸਨੂੰ ਆਖ ਦਿੰਦੇ ਆ ਕੋਂਪਲਿਆਨੋ, ਕੋਂਪਲਿਆਨੋ। ਲਓ ਜੀ, ਹੁਣ ਆਪਾਂ ਇਸ ਦੀ ਆਪਾਂ ਇੱਕ ਤੁਹਾਨੂੰ ਲਾਈਨ ਬਣਾ ਕੇ ਦੱਸਾਂਗੇ। ਮੰਨ ਲਓ ਹੁਣ ਜਿਵੇਂ ਮੇਰਾ ਜਨਮਦਿਨ ਲਾ ਲਓ, ਮੇਰਾ ਜਨਮਦਿਨ ਹੈਗਾ ਵਾ 24 ਨਵੰਬਰ ਨੂੰ, ਠੀਕ ਹੈ ਜੀ, 24 ਨਵੰਬਰ ਨੂੰ ਮੇਰਾ ਜਨਮਦਿਨ ਆ। ਆਪਾਂ ਹੁਣ ਇਸ ਦੀ ਲਾਈਨ ਬਣਾਉਣੀ ਆ, ਠੀਕ ਹੈ ਜੀ। ਹੁਣ ਆਪਾਂ ਮੰਨ ਲਓ ਕਿਸੇ ਨੂੰ ਦੱਸਣਾ ਵਾ ਵੀ ਮੇਰਾ ਮਤਲਬ ਕਿ ਜਨਮਦਿਨ 24 ਤਰੀਕ ਨੂੰ ਆ, ਠੀਕ ਹੈ ਜੀ। ਉੱਥੇ ਆਪਾਂ ਇਟਾਲੀਅਨ ਦੇ ਵਿੱਚ ਆ ਸਕਦੇ ਇਲ 24 ਨਵੰਬਰੇ ਇਹ ਇਲ ਮਿਓ ਕੋਂਪਲਿਆਨ, ਠੀਕ ਹੈ ਜੀ। ਇਲ 24 ਕੁਆਤਰੇ ਹੋ ਗਿਆ, 24 ਕੁਆਤਰੋ ਹੋ ਗਿਆ 24, ਠੀਕ ਹੈ ਜੀ, 24 ਨਵੰਬਰੇ ਹੋ ਗਿਆ ਨਵੰਬਰ, ਠੀਕ ਹੈ ਜੀ। ਇਹ ਇਲ ਮੀਓ ਵੀ ਮੇਰਾ ਜਨਮਦਿਨ ਆ, ਠੀਕ ਹੈ ਜੀ, ਮੀਓ ਹੋ ਗਿਆ ਮੇਰਾ ਅਤੇ ਕੋਂਪਲਿਆਨ ਹੋ ਗਿਆ ਜਨਮਦਿਨ, ਠੀਕ ਹੈ ਜੀ। ਇਲ 24 ਕੁਆਤਰੋ ਨਵੰਬਰੇ ਇਹ ਇਲ ਮੀਓ ਕੋਂਪਲਿਆਨੋ, ਵੀ 24 ਨਵੰਬਰ ਨੂੰ ਮੇਰਾ ਜਨਮਦਿਨ ਹੈ। ਲਓ ਜੀ, ਇਹ ਵੀਡੀਓ ਜੀ ਸਿਰਫ ਇੰਨਾ ਹੀ, ਥੈਂਕਸ ਫੋਰ ਵਾਚਿੰਗ। ਲਓ ਜੀ, ਆਪਾਂ ਤੁਹਾਨੂੰ ਅੱਜ ਥੈਂਕਸ ਫੋਰ ਵਾਚਿੰਗ ਦੀ ਵੀ ਟ੍ਰਾਂਸਲੇਟ ਕਰਕੇ ਦੱਸਦੇ ਹਾਂ ਇੰਗਲਿਸ਼ ਉਹਦੇ ਇਟਾਲੀਅਨ ਦੇ ਵਿੱਚ। ਥੈਂਕਸ ਫੋਰ ਵਾਚਿੰਗ ਨੂੰ ਕੀ ਆਖ ਦਿੰਦੇ ਆ, ਥੈਂਕਸ ਫੋਰ ਵਾਚਿੰਗ ਜੀ ਆਖਦੇ ਆ ਜੀ ਗ੍ਰਾਸੀਏ ਪੇਰ ਲਾ ਵਿਸਿਓਨੇ, ਠੀਕ ਹੈ ਜੀ। ਗ੍ਰਾਸੀ ਹੋ ਗਿਆ ਥੈਂਕਸ, ਪੇਰ ਹੋ ਗਿਆ ਮਤਲਬ ਕਿ ਵਾਸਤੇ, ਲਾ ਵਿਸਿਓਨੇ ਵੀ ਵਾਚਿੰਗ, ਠੀਕ ਹੈ ਜੀ। ਗ੍ਰਾਸੀਏ ਪੇਰ ਲਾ ਵਿਸਿਓਨੇ, ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੀ ਵੀਡੀਓ ਵੇਖੀ। ਲਓ ਜੀ, ਇੱਕ ਹਰ ਵਾਰ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਹੁੰਦਾ, ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਠੀਕ ਹੈ ਜੀ। ਅਤੇ ਨਾਲ ਹੀ ਥੱਲੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਇਆ ਕਰੋ ਅਤੇ ਘੰਟੀ ਨੂੰ ਆਲ 'ਤੇ ਪ੍ਰੈਸ ਕਰਿਆ ਕਰੋ, ਤਾਂ ਜੋ ਮੈਂ ਕੋਈ ਵੀ ਨਵੀਂ ਵੀਡੀਓ ਪਾਵਾਂ ਤਾਂ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ ਅਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਅਤੇ ਕੁਝ ਸਿਖਾ ਸਕੋ। ਲਓ ਜੀ, ਫਿਰ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਅਤੇ ਟੇਕ ਕੇਅਰ ਜੀ।